ਤੁਹਾਡਾ ਬੱਚਾ ਜਿਹੜਾ ਇਸ ਬਿਮਾਰੀ ਨੇ ਖੋ ਲਿਆ ਸੀਗਾ, ਥੋੜੀ ਜਿਹੀ ਗੱਲ ਸਾਡੇ ਨਾਲ ਸਾਂਝੀ ਕਰੋ। ਮਹਿਸੂਸ ਹੁੰਦਾ ਸੀਗਾ ਕਿ ਇਹ ਨਾਮੁਰਾਦ ਬਿਮਾਰੀ ਜਿਹੜੀ ਆ, ਇਹਦੇ ਤੋਂ ਕਿਵੇਂ ਲੋਕ ਬਚਣਗੇ, ਕੀ ਹੋ ਸਕਦਾ। ਫਿਰ ਮੈਂ ਤਾਂ ਆਪਣੀ ਬੇਟੀ ਨੂੰ ਬਚਾ ਨਹੀਂ ਸਕਿਆ, ਪਰ ਵਾਹਿਗੁਰੂ ਨੇ ਪ੍ਰੋਫੈਸਰ ਸਾਹਿਬ ਦੀ ਜ਼ਿੰਦਗੀ ਬਖਸ਼ੀ, ਦੋ ਵਾਰ ਬਖਸ਼ੀ, ਅਤੇ ਇਹਨਾਂ ਨੇ ਫਿਰ ਇੱਕ ਸੁਪਨਾ ਲਿਆ। ਮੈਂ ਤਾਂ ਇੱਕ ਅਸੀਂ ਗੁਰਗਿਆਨ ਫਾਊਂਡੇਸ਼ਨ ਬੇਟੇ ਦੇ ਜੀਂਦੇ ਜੀ ਬਣਾ ਲਈ ਸੀ ਅਸੀਂ। ਮੈਂ ਕਹੂੰਗਾ ਕਿ ਮੈਨੂੰ ਵਾਹਿਗੁਰੂ ਦੀ ਐਡੀ ਕੁ ਵੱਡੀ ਮੈਨੂੰ ਮੇਰੇ ਦੇ ਉੱਤੇ ਬਖਸ਼ਿਸ਼ ਰਹੀ ਹੈ ਕਿ ਮੈਂ ਪਾਠ ਨਾਲ ਜੁੜਿਆ ਰਿਹਾ, ਗੁਰਬਾਣੀ ਨਾਲ ਜੁੜਿਆ ਰਿਹਾ। ਮੈਨੂੰ ਚਾਨਣ ਮੁਨਾਰਾ ਮੇਰਾ ਬਚਾਉਣ ਵਾਲਾ ਮੈਨੂੰ ਵਾਹਿਗੁਰੂ ਹੈ। ਸਾਡੇ ਸ਼ਹਿਰ ਦੇ ਵਿੱਚ ਸਾ ਇੰਦਰਜੀਤ ਸਿੰਘ ਬੈਂਸ ਵੈਨਕੂਵਰ ਸ਼ਹਿਰ ਤੋਂ ਆਏ ਨੇ, ਔਰ ਉਹਨਾਂ ਦੇ ਨਾਲ ਪ੍ਰੋਫੈਸਰ ਅਵਤਾਰ ਸਿੰਘ ਜੀ ਵਿਰਦੀ, ਉਹ ਆਏ ਨੇ, ਔਰ ਉਹ ਇੱਕ ਖਾਸ ਆਸ਼ੇ ਨੂੰ ਲੈ ਕੇ ਜਿਹੜਾ ਉਹਨਾਂ ਜੀ ਕੈਨੇਡਾ ਭਰ ਦੇ ਵਿੱਚ ਕੰਮ ਆਰੰਭਿਆ ਸੀਗਾ। ਅਕਸਰ ਆਪਾਂ ਵੇਖਦੇ ਹਾਂ ਜਦੋਂ ਕੋਈ ਵੀ ਵਿਅਕਤੀ ਜਿਹੜਾ ਕਿਸੇ ਪਰਟੀਕੁਲਰ ਇਸ਼ੂਜ਼ ਦੇ ਨਾਲ ਬੜਾ ਪ੍ਰਭਾਵਿਤ ਹੁੰਦਾ, ਅਤੇ ਅਸੀਂ ਮਹਿਸੂਸ ਕਰਦੇ ਹਾਂ ਵੀ ਯਾਰ ਇਹਦੇ ਲਈ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ। ਆਪਾਂ ਦੇਖਦੇ ਹਾਂ ਆਪਣੇ ਸੱਜੇ ਖੱਬੇ ਵੇਖੀਏ, ਬਹੁਤ ਸਾਰੇ ਲੋਕ ਜਿਹੜੀ ਕੈਂਸਰ ਦੀ ਬਿਮਾਰੀ ਆ ਉਹਦੇ ਨਾਲ ਪੀੜਿਤ ਨੇ। ਆਪਾਂ ਨਿੱਤ ਦਿਨ ਗੱਲਾਂ ਸੁਣਦੇ ਹਾਂ ਕਿ ਅੱਜ ਫਲਾਨੇ ਦੀ ਮੌਤ ਹੋ ਗਈ, ਅੱਜ ਫਲਾਨੇ ਦੀ ਮੌਤ ਹੋਈ, ਪਰ ਚੁੱਪ ਕਰ ਜਾਂਦੇ ਹਾਂ। ਪੰਜਾਬ ਦੇ ਰੇਲ ਗੱਡੀ ਦੀ ਤਾਂ ਗੱਲ ਯਾਦ ਆ ਜਾਂਦੀ ਕਿ ਪੰਜਾਬ ਤੋਂ ਬਾਹਰ ਇਸ ਤਰ੍ਹਾਂ ਹੁੰਦੀ ਹੈ, ਪਰ ਇਸ ਦੇਸ਼ ਦੇ ਵਿੱਚ ਵੀ ਬਹੁਤ ਮੌਤਾਂ ਜਿਹੜੀਆਂ ਹੋ ਰਹੀਆਂ। ਪਰ ਉਹਦੇ ਲਈ ਕੁਝ ਕਰਨਾ, ਖਾਸ ਕਰਕੇ ਜਦੋਂ ਇੱਕ ਵਿਅਕਤੀ ਜਿਹੜਾ ਉਹ ਅਫੈਕਟਡ ਹੋਵੇ, ਔਰ ਉਹ ਬੜੀ ਹਿੰਮਤ ਚਾਹੀਦੀ ਜੀ। ਆਪਾਂ ਪਹਿਲਾਂ ਵੀ ਦੇਖਿਆ ਟੈਰੀ ਫੌਕਸ, ਉਹਨਾਂ ਨੂੰ ਉਹਨਾਂ ਨੇ ਇਸੇ ਕਾਜ਼ ਲਈ ਜਿਹੜਾ ਕੈਨੇਡਾ ਭਰ ਦੇ ਵਿੱਚ ਦੌੜ ਭੱਜ ਕੀਤੀ ਸੀ ਔਰ ਪੈਸੇ ਰੇਜ਼ ਕੀਤੇ ਸੀਗੇ। ਪਰ ਆਪਣੇ ਭਾਈਚਾਰੇ ਦੇ ਵਿੱਚ ਇਹ ਨਵੇਂ ਕੌਨਸੈਪਟ ਨੇ ਜਿਹੜਾ ਇਸ ਤਰ੍ਹਾਂ ਦਾ ਕੰਮ ਕਰਨਾ। ਲਓ ਪਹਿਲਾਂ ਮੈਂ ਇਹਦੇ ਬਾਰੇ ਗੱਲਬਾਤ ਕਰਾਂਗਾ। ਮੇਰੇ ਨਾਲ ਨੇ ਖੜੇ ਸਾ ਇੰਦਰਜੀਤ ਸਿੰਘ ਜੀ ਬੈਂਸ। ਬੜੇ ਸਾਲਾਂ ਤੋਂ ਅਸੀਂ ਇੱਕ ਦੂਸਰੇ ਨੂੰ ਮਿਲਦੇ ਹਾਂ ਜੀ, ਚਾਹੇ ਇਹ ਸੰਗੀਤ ਵਾਲੀ ਦੁਨੀਆ, ਚਾਹੇ ਰੇਡੀਓ ਅਤੇ ਚਾਹੇ ਟੈਲੀਵਿਜ਼ਨ ਵਾਲੇ ਪੱਖ ਤੋਂ। ਬੈਂਸ ਸਾਹਿਬ ਜੀ ਆਇਆਂ ਨੂੰ ਤੁਹਾਨੂੰ ਐਡਮਿੰਟਨ ਵਿੱਚ ਸਤਿ ਸ਼੍ਰੀ ਅਕਾਲ ਭਾਅ ਜੀ। ਤੁਹਾਡੇ ਸਾਰੇ ਦੇਖਣ ਸੁਣਨ ਵਾਲਿਆਂ ਨੂੰ ਵੀ ਬਹੁਤ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ, ਅਤੇ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸਾਨੂੰ ਆਪਣੇ ਸਰੋਤਿਆਂ ਦੇ, ਆਪਣੇ ਦਰਸ਼ਕਾਂ ਦੇ ਸਨਮੁਖ ਕਰ ਰਹੇ ਹੋ। ਬੈਂਸ ਸਾਹਿਬ, ਗੱਲ ਇਹ ਆ ਵੀ ਤੁਸੀਂ ਜਿਹੜਾ ਉੱਦਮ ਕਰ ਰਹੇ ਹਾਂ, ਇਹ ਜਿਹੜਾ ਕੈਂਸਰ ਬਾਰੇ ਪੈਸਾ ਧੇਲਾ ਲੋਕਾਂ ਤੋਂ ਡੋਨੇਸ਼ਨ ਇਕੱਠੀ ਕਰ ਰਹੇ ਹਾਂ ਤਾਂ ਕਿ ਉਹਦੇ ਬਾਰੇ ਹੋਰ ਖੋਜ ਕੀਤੀ ਜਾ ਸਕੇ, ਇਹਦੇ ਬਾਰੇ ਸਾਨੂੰ ਥੋੜ੍ਹੀ ਜਾਣਕਾਰੀ ਦਿਓ। ਮੈਨੂੰ ਪਤਾ ਤੁਸੀਂ ਪਰਸਨਲੀ ਵੀ ਬਹੁਤ, ਮੇਰਾ ਖਿਆਲ ਆਪਾਂ ਸਾਰੇ ਹੀ ਇਸ ਗੱਲ ਦੇ ਨਾਲ ਬੜੇ ਪ੍ਰਭਾਵਿਤ ਹਾਂ ਪਰਸਨਲੀ। ਤੁਹਾਡਾ ਬੱਚਾ ਜਿਹੜਾ ਇਸ ਬਿਮਾਰੀ ਨੇ ਖੋ ਲਿਆ ਸੀਗਾ, ਥੋੜ੍ਹੀ ਜਿਹੀ ਗੱਲ ਸਾਡੇ ਨਾਲ ਸਾਂਝੀ ਕਰੋ। ਇਹ ਅੱਜ ਤੋਂ 4-4.5 ਸਾਲ ਪਹਿਲਾਂ ਦੀ ਗੱਲ ਆ ਜੀ, ਜਦੋਂ ਮੇਰੇ ਬੇਟੇ ਬਾਰੇ ਪਤਾ ਲੱਗਿਆ ਕਿ ਉਹਨੂੰ ਕੈਂਸਰ ਹੋਇਆ। ਪ੍ਰੋਫੈਸਰ ਅਵਤਾਰ ਸਿੰਘ ਵਿਰਦੀ ਮੇਰੇ ਦੋਸਤ ਆ, ਕਾਫੀ ਦੇਰ ਤੋਂ ਸਾਡਾ ਪਿਆਰ ਮੁਹੱਬਤ ਬਹੁਤ ਆ। ਇਹਨਾਂ ਨੂੰ ਕੈਂਸਰ ਪਤਾ ਲੱਗਿਆ ਸੀ, ਅਜੇ 2 ਮਹੀਨੇ ਨਹੀਂ ਹੋਏ ਸੀ, ਅਤੇ ਸਾਨੂੰ ਵੀ ਪਤਾ ਲੱਗਿਆ ਮੇਰੇ ਬੇਟੇ ਨੂੰ ਵੀ ਕੈਂਸਰ ਆ। ਅਤੇ ਉਸ ਤੋਂ ਬਾਅਦ ਦੁਨੀਆ ਹਿੱਲ ਜਾਂਦੀ ਆ। ਉੱਧਰ ਇਹਨਾਂ ਨਾਲ ਗੱਲਾਂ ਕਰਦੇ ਸੀ, ਪ੍ਰੋਫੈਸਰ ਹੌਸਲਾ ਰੱਖਿਓ, ਅਤੇ ਉਹ ਤੁਸੀਂ ਆਪ ਵੀ ਘਰ ਵਿੱਚ ਵੀ ਉਹ ਚੀਜ਼ ਫੇਸ ਕਰਨੀ ਸ਼ੁਰੂ ਕਰ ਦਿੱਤੀ। 9 ਮਹੀਨੇ ਵੈਨਕੂਵਰ ਦੇ ਸਾਰੇ ਵੱਖਰੇ ਵੱਖਰੇ ਹੌਸਪੀਟਲਾਂ ਦੇ ਵਿੱਚ ਤੁਰੇ ਗਏ, ਹਰ ਜਗ੍ਹਾ, ਕਦੀ ਕਿਤੇ ਲੈ ਕੇ ਜਾਣਾ, ਕਿਤੇ ਓਪਰੇਸ਼ਨ ਹੋ ਰਿਹਾ, ਕਿਤੇ ਹੌਸਪਿਟਲਾਈਜ਼ ਹੋ ਰਿਹਾ। ਅਤੇ ਉਹ 9 ਮਹੀਨਿਆਂ ਦੇ ਵਿੱਚ ਜਦੋਂ ਪ੍ਰੋਫੈਸਰ ਵੀ 2-3 ਵਾਰ ਤਾਂ ਜਾਏ ਹੌਸਪੀਟਲ, ਵਾਰ ਵਾਰ 'ਤੇ ਪਰਮਾਤਮਾ ਨੇ ਇਹਨਾਂ ਦੀ ਜ਼ਿੰਦਗੀ ਬਖਸ਼ੀ। ਉਹ ਦੇਖ ਕੇ ਜਿਹੜਾ ਨਾ ਮਨ ਨੂੰ ਇੱਕ ਬੜੀ ਮਹਿਸੂਸ ਹੁੰਦਾ ਸੀਗਾ ਕਿ ਇਹ ਨਾਮੁਰਾਦ ਬਿਮਾਰੀ ਜਿਹੜੀ ਆ, ਇਹਦੇ ਤੋਂ ਕਿਵੇਂ ਲੋਕ ਬਚਣਗੇ, ਕੀ ਹੋ ਸਕਦਾ। ਫਿਰ ਮੈਂ ਤਾਂ ਆਪਣੀ ਬੇਟੀ ਨੂੰ ਬਚਾ ਨਹੀਂ ਸਕਿਆ, ਪਰ ਵਾਹਿਗੁਰੂ ਨੇ ਪ੍ਰੋਫੈਸਰ ਸਾਹਿਬ ਦੀ ਜ਼ਿੰਦਗੀ ਬਖਸ਼ੀ, ਦੋ ਵਾਰ ਬਖਸ਼ੀ, ਅਤੇ ਇਹਨਾਂ ਨੇ ਫਿਰ ਇੱਕ ਸੁਪਨਾ ਲਿਆ। ਮੈਂ ਤਾਂ ਇੱਕ ਅਸੀਂ ਗੁਰਗਿਆਨ ਫਾਊਂਡੇਸ਼ਨ ਬੇਟੇ ਦੇ ਜੀਂਦੇ ਜੀ ਬਣਾ ਲਈ ਸੀ ਅਸੀਂ, ਅਤੇ ਉਹਦੇ 'ਤੇ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਸੀ। ਪ੍ਰੋਫੈਸਰ ਸਾਹਿਬ ਨੇ ਤਾਂ ਫਿਰ ਬਹੁਤ ਵੱਡਾ ਫੈਸਲਾ ਕਰ ਲਿਆ ਕਿ ਮੈਂ ਟੈਰੀ ਫੌਕਸ ਦੀ ਲੈਗੇਸੀ ਕੈਰੀ ਔਨ ਕਰਨੀ ਆ। ਟੈਰੀ ਫੌਕਸ, ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਣਾ ਕਿ ਉਹ ਕੰਪਲੀਟ ਨਹੀਂ ਕਰ ਸਕਿਆ ਸੀ ਆਪਣੀ ਵੋਕ, ਟੋਰੋਂਟੋ ਦੇ ਬਾਰਡਰ ਦੇ ਉੱਤੇ ਉਹਦੀ ਡੈਥ ਹੋ ਗਈ ਸੀ ਆ ਕੇ, ਉਹਨੂੰ ਮਤਲਬ ਜ਼ਿਆਦਾ ਬਿਮਾਰ ਹੋ ਗਿਆ ਸੀ, ਜ਼ਿਆਦਾ ਕੈਂਸਰ ਫੈਲ ਗਿਆ ਸੀ ਬੋਡੀ, ਤਾਂ ਫਿਰ ਡਾਕਟਰ ਲਾਇਆ ਸੀ ਅਤੇ ਬਚ ਨਹੀਂ ਸਕਿਆ ਸੀ। ਵੀਰ ਜੀ, ਮੈਂ ਕਹੂੰਗਾ ਕਿ ਮੈਨੂੰ ਵਾਹਿਗੁਰੂ ਦੀ ਐਡੀ ਕੁ ਵੱਡੀ ਮੈਨੂੰ ਮੇਰੇ ਦੇ ਉੱਤੇ ਬਖਸ਼ਿਸ਼ ਰਹੀ ਹੈ ਕਿ ਮੈਂ ਪਾਠ ਨਾਲ ਜੁੜਿਆ ਰਿਹਾ, ਗੁਰਬਾਣੀ ਨਾਲ ਜੁੜਿਆ ਰਿਹਾ। ਮੈਨੂੰ ਚਾਨਣ ਮੁਨਾਰਾ ਮੇਰਾ ਬਚਾਉਣ ਵਾਲਾ ਮੈਨੂੰ ਵਾਹਿਗੁਰੂ ਹੈ। ਮੇਰੇ ਵਾਈਫ ਬਹੁਤ ਪਾਠ ਕਰਦੇ ਆ,
तो मैं खुद कीर्तन करदा बड़ा अच्छा, मेरा बेटा तबला बजाउंदा, तो असं पिछले 20-25 साल तो मतलब परमात्मा का शुकराना करके रात को सोईदा भी शुक्र है मालिका जिहड़ा दिन बीते तेरे चरणों के बड़ा ही सोहना, हुण रात की नींद आवे तो अगला दिन वधिया चढ़े। जदों ये चीज़ आई एक बार तो भूचाल आ गया, किसी भी होवे तो एक आप आम इंसान हाँ। बड़ा वाहिगुरु पुछया भी मैनू क्यों, फिर अपने आप को संभालिया मालिका जे तू इन्ना सुख दिता है तो की पता मेरा इम्तिहान है तेरा दुख भी कबूल है। चलिया कीमोज रेडिएशन सर्जरियाँ चीर फाड़ हुई बॉडी दी जो डॉक्टर कर सकते सी, अपने आप को वाहिगुरु के अगे सरेंडर करता। दे दुनियावी डॉक्टर जिहड़े आ जदों प्रॉब्लम आती है तो फिर डॉक्टर भी वाहिगुरु का रूप लगते हैं जी, उस रब का इन्हां दे हवाले करता भी ठीक है। तो क्योंकि आप एजुकेटड हाँ, मैं बहुत हाई लैवल से कह लो एजुकेशन असी ली है, IAS लैवल से पढ़े हाँ। मेरा फ्रेंड डॉक्टर है, उन्हें भी मैनू रोज़ फोन करना इंडिया तो IAS है, तो असी उन्होंने मतलब कह लो एक मोटिवेशन दे एक जी हौसला मिलता रहा भी हुण की होना हुण की होना। कुछ समा लंघिया तो बर्दाश्त कर गए, वक्त आया 1.5 साल च मैनू कैंसर फ्री डिक्लेयर करता। इतने के डॉक्टर्स कहें कि नाउ यू आर कैंसर फ्री, अपन हुण 3 साल चेक करने की लोड़ नहीं है। 1.5-2 साल बाद मैंने कैंसर की फिर वो लग्या कि यार मेरे दर्दा पेट के शुरू हो गई, मैं फिर एक बार घबरा गया कि यार मैं एक बार इदा मतलब डोल गया इंसान है यार कोई। आप मैं वाइफ को कहा भी जे हूँ मैं आया ना तो मैं अपने आप में कुछ कर लेना, मेरे को नहीं बर्दाश्त होनी दर्दा जिदा मैं तड़फता रहा हाँ, पर मेरे ख्याल मरना होर भी ज़्यादा औखा है जी। फिर वाहिगुरु का भाणा मनिया, डॉक्टर ने डिकलेयर करता कि आ ही गया, कहिंदे हुण लिवर तक फैल गया। फिर 1.5 साल मेरा इलाज चलिया, मेरिया 12 भारिया कीमो हुई कह लो 48-48 घंटे की कीमो मैंने लगी रही, तो मेरा लिवर 30% जिहड़ा रोटन हो गया सी कैंसर ना, वो उन्होंने 2021 दे विच कढ़ता। दोबारा रिकवर होया, मैं सिटीजनशिप वास्ते बहुत पढ़ाउंदा, इंग्लिश पढ़ाउंदा, मैं प्रोफेसर हाँ, रिसर्च की हुई 8 बुक्स लिखिया हुई इंग्लिश के उ जड़िया दुनिया दॉप दुक्स है। मैं जब टैरी फॉक्स बारे पढ़िया तो मैं वो डिटेल मैं होर जाननी चाहिए कि उन्हें बच्चे ने 17 साल के ने किमें अपनी लैगेसी जी शुरू की थी, वह की ड्रीम से वो तरले पाँगा कि मैनू बचा लो ता कि होर भी लोग बच सकन इस कैंसर तो। 1980 उन्हें फिर अपनी वॉक शुरू की भी डॉक्टर थोड़ा पैसा चाहिए मैं इकट्ठा करके दिना लोगों को अपील करता, और 143 दिन बाद उसनू जो थंडर बे है मैनीटोबा तो ओंटेरियो के बॉडर तो उन्होंने डॉक्टर कहते भी वो सह नहीं लिया जा रहा भी तेन एयरलिफ्ट करना पड़ना तेरे लंग्स कैंसर फैल गया, उन्होंने चक के लै गए। 10 महीने टैरी फॉक्स ने तड़फ तड़फ के अपनी जान दी जी उस बच्चे के बारे में। जो रैट्रोस्पैक्शन की मेरी रूह कंप गई जो मेरा ब्लड टैसट हों लैब हर हफ्ते मेरी कीमो के बाद, मैं वाहगुरु अगर तहिया किया जो मैंने उन्होंने कैंसर भी डिकलेयर किया, मैं क्या टैरी फॉक्स वाहगुरु की वो भेजी हुई रूह से उसकी बदौलत उस बच्चे की उच्ची सोच की बदौलत मैं 2 बारी बच पाया, परमात्मा तो मैंने तगड़ा किया। मैं चढ़ती कला का संदेश कैनेडा के अपने पंजाबियों या जोड़े भी लोग मैंने सुन पा देख पा उन्होंने फैलावान कि जो आ गई है चीज़ ये ट्रीटेबल हैगी है, पहले तो ट्रीटेबल नहीं सी, अज 60% के करीब सर्वाइवल है, इन्ना कैंसर ट्रीट हो जाता है। तो कित मैं जे 5-7% अपनी एफर्ट नाल होर अपने जीवन जी जा इस तो ज़्यादा रब करे इसकी दवाई लपवे तो इदा लगे जिदा अपन एड्स की बीमारी है, देखो 80 अज कुछ पता भी नहीं लगता बंदे पूरे रिकवर हो रहे हैं। साडा हर एक प्रोग्राम वेखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।